ਚੈਨਲ ਡੀ ਨਿਊਜ਼ ਪੰਜਾਬ ਦੇ ਦਰਸ਼ਕਾਂ ਨੂੰ ਅੰਗੀਤਕਾਰ ਕਰਪਾਲ ਮਾਨਾ ਬਣੋ ਲੱਖ ਲੱਖ ਮੁਬਾਰਕਾਂ ਦੋਸਤੋ ਸਾਡਾ ਬੰਦੀ ਛੋੜ ਔਰ ਗੁਰੂ ਨਾਨਕ ਸਾਹਿਬ ਦਾ ਸਵਾਗਮਨ 550ਵਾਂ ਸਾਲ ਆ ਰਿਹਾ ਤੇ ਅੱਜ ਦੀਵਾਲੀ ਕੱਲ ਹੈਗੀ ਤੇ ਤੁਹਾਨੂੰ ਇਹ ਤਿੰਨਾ ਮੁਬਾਰਕ ਦਿਨਾਂ ਵਾਸਤੇ ਮੈਂ ਗੀਤਕਾਰ ਕਰਪਾਲ ਮਾਨਾ ਬਹੁਤ ਬਹੁਤ ਮੁਬਾਰਕ ਦੇ ਰਿਹਾ ਔਰ ਮੈਂ ਚਾਹੁੰਨਾ ਕਿ ਜਿਹੜੀ ਦੀਵਾਲੀ ਹੈ ਪਟਾਖਿਆਂ ਰਹਿਤ ਪ੍ਰਦੂਸ਼ਣ ਰਹਿਤ ਤੇ ਸਵੱਛ ਮਠਿਆਈਆਂ ਜਿਹੜੀਆਂ ਹੁਣ ਬਣਾਈ ਬੈਠੇ ਆ ਢੱਲੇਦਾਰ ਹਲਵਾਈ ਇਹਨਾਂ ਤੋਂ ਆਪਣਾ ਵਿਚਾਰ ਰੱਖਦੇ ਹੋਏ ਪਲਾਸਟਿਕ ਦੇ ਹਰ ਤਰ੍ਹਾਂ ਦੀ ਧੂਏ ਤੋਂ ਰਹਿਤ ਜਿਹੜੀ ਇਹ ਦੀਵਾਲੀ ਆਪਾਂ ਮਨਾਈਏ ਔਰ ਹਰ ਗਰੀਬ ਦੇ ਨਾਲ ਖੜੇ ਹੋ ਕੇ ਉਹਨਾਂ ਨੂੰ ਵੀ ਆਪਣੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਕਰੀਏ ਔਰ ਮੈਂ ਚਾਹਾਂਗਾ ਕਿ ਤੁਸੀਂ ਮੇਰੀਆਂ ਛੋਟੀਆਂ-ਛੋਟੀਆਂ ਦੋ ਤਿੰਨ ਗੱਲਾਂ ਦੇ ਉੱਤੇ ਅਮਲ ਕਰਦੇ ਹੋਏ ਇੱਕ ਸ਼ਾਨਦਾਰ ਬੰਦੀ ਛੋੜ ਔਰ ਗੁਰੂ ਨਾਨਕ ਦਾ ਪਵਨ ਦਿਹਾੜਾ ਅਤੇ ਦੀਵਾਲੀ ਨੂੰ ਬੜੀ ਖੂਬਸੂਰਤੀ ਤਰੀਕੇ ਨਾਲ ਮਨਾਓਗੇ ਆਪਣਾ ਤੇ ਆਪਣੇ ਸਾਥੀਆਂ ਦਾ ਖਿਆਲ ਰੱਖਦੇ ਹੋਏ ਆਪਣੇ ਛੋਟਿਆਂ ਵੱਡਿਆਂ ਦਾ ਖਿਆਲ ਰੱਖਦੇ ਹੋਏ ਔਰ ਛੋਟੇ ਬੱਚੇ ਜੋ ਕਿ ਫੁੱਲ ਚੜੀ ਚੜਾਉਂਦੇ ਆ ਤਾਂ ਉਹਨਾਂ ਨੂੰ ਆਪਣੀ ਹਾਜ਼ਰੀ ਦੇ ਵਿੱਚ ਦੋਸਤੋ ਚਲਾਉਣ ਦੇਣੀ ਹੈ ਤਾਂ ਕਿ ਅਸੀਂ ਸਾਰੇ ਸਿਕਿਉਰ ਰਹੀਏ ਹਸਪਤਾਲਾਂ ਦੇ ਚੱਕਰਾਂ ਤੋਂ ਵੱਸ ਸਕੀਏ ਔਰ ਬਿਮਾਰੀਆਂ ਤੋਂ ਵੱਸ ਸਕੀਏ ਇਨੀਆਂ ਕ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਦੱਸਣਾ ਚਾਹੁੰਦਾ ਕਿ 5 ਨਵੰਬਰ ਨੂੰ ਆਪਣਾ ਗੀਤ ਜਿਹੜਾ ਵਿੱਕੀ ਕਨਵਰ ਔਰ ਜਗਦੇਵ ਟੈਣਾ ਵੱਲੋਂ ਤਿਆਰ ਕੀਤਾ ਗਿਆ ਦਾਸ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਹੀਰ ਔਰ ਮੇਰੀ ਕਲਮ ਦਾ ਉਕਰਿਆ ਹੋਇਆ ਗੀਤ ਹੈ ਇਹ ਵੀ ਤੁਹਾਡੇ ਰੂਬਰੂ ਕਰ ਰਹੇ ਹਾਂ ਔਰ ਹਰਵਿੰਦਰ ਵਾਜਵਾ ਦਾ ਗੀਤ ਜਿਹੜਾ ਇਸਲਾਮਾਬਾਦ ਟੂ ਪੰਜਾਬ ਅ ਹਰਵਿੰਦਰ ਵਾਜਵਾ ਦਾ ਸਾਥ ਸੁਮਨ ਪਟੀਨੇ ਦਿੱਤਾ ਉਹ ਵੀ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਇਸ ਲਈ ਇਹਨੇ ਖੁਸ਼ੀਆਂ ਦੇ ਗੱਫੇ ਵੰਡਦਾ ਹੋਇਆ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਨਾ ਹੱਸੋ ਖੇਡੋ ਖੁਸ਼ੀਆਂ ਮਾਣੋ ਪਿਆਰ ਵਧਾਓ ਆਪਸ ਵਿੱਚ ਦੀ ਲੜਾਈਆਂ ਝਗੜਿਆਂ ਤੋਂ ਬਚ ਕੇ ਸ਼ਾਂਤੀ ਤਰੀਕੇ ਦੇ ਨਾਲ ਇਸ ਆਗਮਨ ਨੂੰ ਮਨਾਉਣਾ ਹੈ ਦੋਸਤੋ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਪੰਜਾਬੀ ਗੀਤਕਾਰ ਕਿਰਪਾਲ ਮਾਨਾ ਥੈਂਕ ਯੂ ਦੋਸਤੋ